की चक्कर की है चक्कर नहीं इधर पैसे खाते हुए पैसे खाते हुए पैसे शरे पैसे खाते हुए जो भी एथे फड़ी गई है हुन जायज उन्ना ते कार्रवाई होएगी एज पर रूल इन्ना दी जिहड़ी आ पोकलेन है इहनू काठगढ़ थाने खड़ा कीता जाऊगा नहीं आ रहा है बाज माइनिंग माफिया माइनिंग दा काम चल रहा है जोरां शोरां नाल माइनिंग विभाग दे जेई उपर लगे पैसे खाण दे आरोप सरकार दे कड़े हुक्मां दे बावजूद भी नजायज माइनिंग दा काम रुकण दा नाम ही नहीं लै रहा अजिहा ही एक मामला नवां शहर दे तहसील बलाचौर दे कस्बा काठगढ़ दे पिंड फतेहपुर ताजोवाल चो सामने आया है जिथे कि दस्या जांदा है माइनिंग माफिया दी मिली भुगत नाल इह धंधा जोरां शोरां नाल चलाया जा रहा सी दस्या जांदा है कि व्यक्ति जिसका नाम दिनेश कुमार दस्या जांदा है उस वल्लों नजायज माइनिंग वाली थां ते पुज के माइनिंग जेई तो हो रही माइनिंग बारे पूछताछ की गई तां नजायज माइनिंग दा मामला सामने आया अते दस्या जांदा है कि फिर दिनेश कुमार ने जंगलात विभाग अते पुलिस नूं मौके ते बुला के नजायज माइनिंग दे खिलाफ कार्रवाई करन दी गल कही दस्या जांदा है कि उत्थे मौजूद कुछ व्यक्तियां वल्लों माइनिंग विभाग दे जेई नाल वी तू तू मैं मैं होण दी गल सामने आई है अते इसे दौरान माइनिंग विभाग दे जेई उपर भी पैसे लेके माइनिंग करवाउण दे दोष लगाए गए ने इस मौके नजायज माइनिंग वाली थां ते मौजूद व्यक्तियां दा की कहना है आओ सुनदे आं की चक्कर की है चक्कर नहीं इधर पैसे खाते हुए पैसे खाते हुए पैसे शरे पैसे खाते हुए शरे पैसे बोल देना मुझे कोई परमिट है नहीं इधर कोई भी परमिट है नहीं इधर कोई भी परमिट कहते जेबीसी दस लाख पंद्रह कहते समझ दस लाख टिप्पर इन्हें पूछो परमिट की कॉपी लिया के जो भी ऐसे फड़ी गई है होने जाए उन्ना ते कार्रवाई होएगी एज पर रूल उन्ना ते पर्चा दिता जाऊगा उन्ना दी परमिशन ना मिली परमिशन एक मानिक अफसर है परमिशन तुहाडे कोल होणी साडे कोल नहीं होणी इन्ना दी जिहड़ी आ पोकलेन है ਇਹਨੂੰ ਕਾਠਗੜ੍ਹ ਥਾਣੇ ਖੜਾ ਕੀਤਾ ਜਾਊਗਾ ਤੇ ਪਰ ਬਿਲਕੁਲ ਸਰ ਡੀਸੀ ਸਾਹਿਬ ਸਾਡੇ ਪਿਛਲੇ ਸਾਡੇ ਹਫ਼ਤੇ ਆਏ ਸੀ ਰੱਤਿਆਲ ਦੇ ਵਿੱਚ ਉਹ ਕਹਿੰਦੇ ਸੀ ਰੱਤਿਆਲ ਦੇ ਵਿੱਚ ਸਿਰਫ ਇੱਕੋ ਮੈਨਿੰਗ ਹੈ ਜੋ ਚੱਲ ਰਹੀ ਬਾਕੀ ਸਾਰੀ ਕੋਈ ਮੈਨਿੰਗ ਬੰਦ ਹੈ ਇੱਕ ਅਕਤੂਬਰ ਤੱਕ ਇੱਥੇ ਸ਼ਰਿਆਮ ਮੈਨਿੰਗ ਚੱਲ ਰਹੀ ਸੀ ਤਾਂ ਜੋ ਉਦੋਂ ਭਰ ਕੇ ਲੈ ਕੇ ਆਉਂਦੇ ਸੀ ਜੋ ਕਟੜਾ ਨੈਸ਼ਨਲ ਹਾਈਵੇ ਬਣਦਾ ਸੀ ਉਹਦੇ ਨਾਂ ਦਾ ਪਰਮਿਟ ਸੀ ਨਾ ਇਹਨਾਂ ਦੇ ਕੋਲ ਪੋਪਲਿੰਗ ਦੇ ਨਾਲ ਭਰ ਰਹੇ ਸੀ ਇਹ ਜਗਰਾਤ ਵਿਭਾਗ ਦੀ ਜਿਹੜੀ ਜ਼ਮੀਨ ਉੱਥੋਂ ਰਸਤਾ 'ਚ ਲਿਆ ਹੋਇਆ ਸੀ ਇਹਨਾਂ ਨੇ ਫਿਰ ਤੁਸੀਂ ਕੀ ਕੀਤਾ ਜਾਗੋ ਅਸੀਂ ਮੌਕੇ 'ਤੇ ਗਏ ਜੀ ਮੌਕੇ 'ਤੇ ਜਾ ਕੇ ਜੰਗਲਾਤ ਵਿਭਾਗ ਨੂੰ ਫੋਨ ਕੀਤਾ ਜੀ DFO ਨੂੰ ਕੀਤਾ ਜੀ ਅਤੇ ਮੌਕੇ 'ਤੇ ਅਫਸਰ ਪੁੱਜੇ ਜੀ ਉਹਨਾਂ ਰਸਤਾ ਬੰਦ ਕੀਤਾ ਫਿਰ ਮੈਨਿੰਗ ਅਫਸਰ ਆਏ ਮੈਨਿੰਗ ਅਫਸਰ ਪਰਚਾ ਨਹੀਂ ਸੀ ਕਰਦੇ ਇਹਨਾਂ 'ਤੇ ਅੱਛਾ ਕਾਰਨ ਮੈਨਿੰਗ ਅਫਸਰ ਮਿਲੀ ਭੁਗਤੀ ਸੀ ਨਾ ਪਰਮਿਟ ਦਿਖਾਉਂਦੇ ਸੀ ਨਾ ਪਰਚਾ ਕਰਦੇ ਸੀ ਇਹ ਕਹਿੰਦੇ ਸੀ ਤੁਸੀਂ ਸਿਰਫ JBC ਨਾਲ ਭਰ ਸਕਦੇ ਪਬਲਿੰਗ ਨਾਲ ਨਹੀਂ ਭਰ ਸਕਦੇ ਅੱਛਾ ਜੀ ਟਿੱਪਰਾ ਮੈਂ ਨਾ ਮੈਂਸ਼ਨ ਕੀਤੇ ਨਾ ਮਾਲਕ ਦੇ ਕਰਦੇ ਸੀ ਕੁਛ ਵੀ ਨਹੀਂ ਸੀ ਕਰਦੇ ਬੜੇ ਧੱਕੇ ਨਾਲ ਪਰਚਾ ਕੀਤਾ ਪੱਤਰਕਾਰਾਂ ਦੀ ਸਹਿਤਰ ਨਾਲ ਪਰਚਾ ਹੋਇਆ ਬੜੀ ਮੁਸ਼ਕਲ ਪਰਚਾ ਕੀਤਾ ਇਹ ਮਾਲ ਕਿੱਥੇ ਭੇਜਦੇ ਮਾਲ ਕਿੱਥੇ ਇਹ ਮਾਲ ਕਾਠਗੜ੍ਹ ਮੋੜ ਤੇ ਡਿੱਗ ਰਿਹਾ ਸੀ ਕਟੜੇ ਦੀ ਜਗ੍ਹਾ ਕਾਠਗੜ੍ਹ ਮੋੜ ਡਿੱਗ ਰਿਹਾ ਸੀ ਮਾਰੇ ਕਟੜੇ ਤੋਂ ਜੰਮੂ ਦੇ ਕੋਲ ਇਹ ਜੰਮੂ ਦੇ ਕੋਲ ਕਟੜੇ ਦਾ ਕਾਠਗੜ੍ਹ ਬਣਾਤਾ ਜੀ ਇਹਨਾਂ ਨੇ ਓਕੇ ਹਾਂ ਪਰਮਿਟ ਦੇਖਿਓ ਉਹਨਾਂ ਦੇ ਪਰਮਿਟ ਹਾਂਜੀ ਹਾਂਜੀ ਉਹਨਾਂ ਕੋਲ ਪਰਮਿਟ ਦਿਖਾਲੇ ਨਹੀਂ ਸੀ ਰਹੇ ਉਹ ਸਾਨੂੰ ਪਤਾ ਸੀ ਪਰਮਿਟ ਕਟੜੇ ਦਾ ਜੀ ਇਹ ਕਿਉਂਕਿ ਜਿਹੜੀ ਜ਼ਮੀਨ ਹੈ ਨਾ ਇਹ ਪਹਿਲਾਂ ਭਾਰਤ ਮੈਂ ਸੀ SHO ਸੀ ਉਹਦੀ ਜ਼ਮੀਨ ਹੈ ਜੀ ਉਹਨੇ ਕਿਸੇ ਬੇਨਾਮੀ ਕਿਸੇ ਬੰਦੇ ਦੇ ਨਾਲ ਨਾ ਕਰਾਈ ਵੀ ਮੈਨਿੰਗ ਅਫਸਰ ਨੂੰ ਫੋਨ ਭਾਰਤ ਮੈਂ ਸੀ ਕਰ ਰਿਹਾ ਵਕੀਲ ਨੂੰ ਫੋਨ ਭਾਰਤ ਮੈਂ ਸੀ ਕਰ ਰਿਹਾ ਪੁਲਿਸ ਨੂੰ ਫੋਨ ਭਾਰਤ ਮੈਂ ਸੀ ਕਰ ਰਿਹਾ ਜੋ ਜ਼ਮੀਨ ਦੀਆਂ ਫਰਦਾਂ ਸੀ ਉਹ ਭਾਰਤ ਮੈਂ ਸੀ ਲੈ ਕੇ ਆ ਰਿਹਾ ਰਜਿਸਟਰੀ ਭਾਰਤ ਮੈਂ ਸੀ ਨੇ ਲਿਖਾਈ ਸੀ ਪੈਸੇ ਭਾਰਤ ਮੈਂ ਸੀ ਨੇ ਲਾਏ ਜੀ ਕੋਈ ਬੇਨਾਮੀ ਕਿਸੇ ਬੰਦੇ ਦੇ ਨਾਲ ਰਜਿਸਟਰੀ ਕਰਾਈ ਵੀ ਜੀ ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਪੋਕਲੈਂਡ ਤੇ ਟਿੱਪਰ ਦੇ ਚਾਲਕ ਸਮੇਤ 5 ਲੋਕਾਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਸੰਬੰਧੀ ਉਹਨਾਂ ਹੋਰ ਕੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਇਸ ਫਤਿਹਪੁਰ ਪਿੰਡ ਹੈ ਕਾਠਗੜ੍ਹ ਥਾਣੇ 'ਚ ਪੈਂਦਾ ਉੱਥੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਮਾਈਨਿੰਗ ਡਿਪਾਰਟਮੈਂਟ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਅਸੀਂ ਆਪਣੀ ਪੁਲਿਸ ਭੇਜ ਕੇ ਪਰਚਾ ਦਰਜ ਕਰਾ ਕਿੰਨੇ ਗੱਡੀ ਪਰ ਮੌਕੇ ਫਰੇ ਗਏ ਕਿੰਨੇ ਕੁ ਬੰਦੇ ਫਰੇ ਗਏ ਇਲੀਗਲ ਪੋਕਲੈਂਡ ਜਿਹੜੀ ਪੋਕਲੈਂਡ ਹੈ ਮਤਲਬ ਉਹ ਪ੍ਰੋਹਿਬਿਟਡ ਹੈ ਮਾਈਨਿੰਗ ਵਾਸਤੇ ਅਤੇ ਉਹਨੇ ਨਾਲ ਚਾਰ ਜਿਹੜੇ ਰੇਤੇ ਦੇ ਟਿੱਪਰ ਭਰੇ ਹੋਏ ਉਹ ਬਰਾਮਦ ਹੋਏ ਪਰਚਾ ਦਰਜ ਹੋ ਗਿਆ 77 ਨੰਬਰ FIR ਮਾਈਨਿੰਗ ਐਕਟ ਦਾ ਪਰਚਾ ਦਰਜ ਕਰ ਕਿੰਨੇ ਡਰਾਈਵਰ ਭਰੇ ਗਏ ਜੁਡੀਸ਼ੀਅਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਨਵਾਂ ਸ਼ਹਿਰ ਤੋਂ ਹਰਦੇਵ ਪ੍ਰਿੰਸ ਦੀ ਰਿਪੋਰਟ।